ਫੈਮਿਲੀ ਸਪੌਂਸਰਡ ਤੇ ਨਾਰਮਲ ਵਿਜ਼ਟਰ ਵੀਜ਼ੇ ਦੇ ਵਿੱਚ ਇੱਕ ਫਰਕ ਕੀ ਸੀਗਾ? ਫੈਮਿਲੀ ਸਪੌਂਸਰਡ ਵੀਜ਼ਾਜ਼ ਔਨਸ਼ੋਰ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਪ੍ਰੋਸੈਸ ਹੁੰਦੇ ਸੀ, ਵੇਰਸ ਜ਼ਿਆਦਾਤਰ ਜਿਹੜੇ ਨਾਰਮਲ ਵਿਜ਼ਿਟਰ ਟੂਰਿਸਟ ਸਟ੍ਰੀਮ ਵਾਲੇ ਸੀਗੇ ਉਹ ਆਫਸ਼ੋਰ ਜਾਂ ਜਿਹੜੀ ਕੰਟਰੀਜ਼ ਤੁਸੀਂ ਅਪਲਾਈ ਕਰਦੇ ਤਕਰੀਬਨ ਉਸ ਕੰਟਰੀਜ਼ ਦੇ ਵਿੱਚ ਪ੍ਰੋਸੈਸ ਹੁੰਦੇ ਸੀ, ਵੇਰਸ ਇੰਡੀਆ ਵਾਲੇ ਵੀਜ਼ਾ ਜ਼ਿਆਦਾਤਰ ਦਿੱਲੀ 'ਚ ਪ੍ਰੋਸੈਸ ਹੁੰਦੇ ਸੀ। ਰੀਸੈਂਟਲੀ ਅਸੀਂ ਇੱਕ ਬਹੁਤ ਮੇਜਰ ਚੇਂਜ ਦੇਖਿਆ, ਫੈਮਿਲੀ ਸਪੌਂਸਰਡ ਵੀਜ਼ਾਜ਼ ਆਰ ਨਾਓ ਗੈਟਿੰਗ ਪ੍ਰੋਸੈਸਡ ਇਨ ਨਿਊ ਦਿੱਲੀ। ਹਾਂਜੀ, ਉੱਥੇ ਦੇ ਬੈਠੇ ਕੇਸ ਆਫਿਸਰਸ ਨੋਰਮਲ ਕੈਟਾਗਰੀ ਅਤੇ ਫੈਮਿਲੀ ਸਪੌਂਸਰਡ ਕੈਟਾਗਰੀ ਦੋਨਾਂ ਨੂੰ ਅਸੈਸ ਕਰ ਰਹੇ, ਉਹਦੇ 'ਤੇ ਆਊਟਕਮ ਦੇ ਰਹੇ ਹੈ ਜੇ ਐਪਲੀਕੈਂਟ ਇੰਡੀਅਨ ਪਾਸਪੋਰਟ ਹੋਲਡਰ ਹੈ ਅਤੇ ਇੰਡੀਆ ਦੇ ਵਿੱਚ ਬੈਠਾ। ਹੁਣ ਇਹਦੇ ਵਿੱਚ ਫਰਕ ਕੀ ਆਇਆ ਪ੍ਰੋਸੈਸਿੰਗ ਦੇ ਵਿੱਚ? ਇਹ ਆਇਆ ਕਿ ਉਹ ਐਪਲੀਕੈਂਟ ਜਿਹੜੇ ਪਹਿਲਾਂ ਇੱਕ ਵਾਰ ਟਰੈਵਲਡ ਨੇ, ਟਰੈਵਲ ਕਰਨ ਤੋਂ ਬਾਅਦ ਉਹਨਾਂ ਦੀ ਰਿਫਿਊਜ਼ਲ ਸੀ, ਬਟ ਹੁਣ ਫਿਰ ਦੁਬਾਰਾ ਤੋਂ ਫੈਮਿਲੀ ਸਪੌਂਸਰਡ ਦੇ ਵਿੱਚ ਕਰ ਰਹੇ, ਉਹਨਾਂ ਦਾ ਵੀਜ਼ਾ ਗ੍ਰਾਂਟ ਰੇਸ਼ੋ ਬਹੁਤ ਜ਼ਿਆਦਾ ਵੱਧ ਗਿਆ। ਵਿਚ ਮੀਨਸ ਕਿਤੇ ਨਾ ਕਿਤੇ ਦਿੱਲੀ ਇਹ ਦੇਖਦੀ ਹੈ ਜੇ ਤੁਹਾਡੀ ਵਧੀਆ ਟਰੈਵਲ ਹਿਸਟਰੀ ਹੈ, ਚਾਹੇ ਆਸਟ੍ਰੇਲੀਆ ਦੀ ਹੈ ਜਾਂ ਕਿਸੇ ਹੋਰ ਖਰੀ ਕੰਟਰੀ ਦੀ ਹੈ, ਫਿਰ ਤੁਹਾਡਾ ਵੀਜ਼ਾ ਆਊਟਕਮ ਦੇ ਚਾਂਸਿਸ ਬਹੁਤ ਵਧੀਆ ਨੇ। ਬਹੁਤ ਇੰਪੋਰਟੈਂਟ ਹੈ ਸਾਡੇ ਸਾਰਿਆਂ ਲਈ ਸਮਝਣਾ ਕਿ ਜਦੋਂ ਵੀ ਆਪਾਂ ਕੋਈ ਵੀਜ਼ਾ ਅਪਲਾਈ ਕਰਦੇ ਹਾਂ, ਸਪੈਸ਼ਲੀ ਵਿਜ਼ਟਰ ਵੀਜ਼ਾਜ਼ ਨੂੰ ਲੈ ਕੇ ਇੱਕ ਸਟ੍ਰੈਟਜੀ ਜਾਂ ਡਿਪਾਰਟਮੈਂਟ ਦਾ ਵਰਕਿੰਗ ਪ੍ਰੋਸੈਸ ਜੇ ਸਾਨੂੰ ਸਮਝ ਆਉਂਦਾ ਜਾਂ ਆਊਟਕਮ ਪ੍ਰੋਸੈਸ ਸਮਝ ਆਉਂਦਾ ਜੀ ਟੀ ਈ ਕ੍ਰਾਈਟੀਰੀਆ ਨੂੰ ਲੈ ਕੇ, ਉੱਥੇ ਸਾਡੇ ਵੀਜ਼ਾ ਸਕਸੈਸ ਦੇ ਚਾਂਸਿਸ ਬਹੁਤ ਵੱਧ ਜਾਂਦੇ। ਓਮ ਗਲੋਬਲ ਨੇ ਹਜ਼ਾਰਾਂ ਹੀ ਵੀਜ਼ਾਸ ਕੀਤੇ ਹੈ ਵਿਜ਼ਿਟਰ ਸਟ੍ਰੀਮ ਦੇ ਵਿੱਚ, ਬਹੁਤ ਜ਼ਿਆਦਾ ਮਲਟੀਪਲ ਰਿਫਿਊਜ਼ਲਸ ਬਾਅਦ ਵੀ ਅਸੀਂ ਵੀਜ਼ਾ ਗ੍ਰਾਂਟ ਕੀਤੇ ਲਿੱਤੇ ਹੈ। ਅਤੇ ਜੇ ਤੁਹਾਡਾ ਕਿਸੇ ਵੀ ਰਿਲੇਟਿਵ ਦਾ ਬ੍ਰਦਰ ਸਿਸਟਰ ਪੇਰੈਂਟਸ ਜਾਂ ਕਿਸੇ ਦਾ ਵੀ ਵੀਜ਼ਾ ਰਿਫਿਊਜ਼ ਹੋਇਆ, ਇੱਕ ਵਾਰ ਸਾਡੇ ਨਾਲ ਜ਼ਰੂਰ ਕੰਸਲਟ ਕਰੋ, ਵੀ ਮੇ ਹੈਵ ਆਪਸ਼ਨਸ ਅਵੇਲੇਬਲ ਫੋਰ ਯੂ। ਧੰਨਵਾਦ।